ਪਗਵਾਨ ਤਮਾਨ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਜਾਣਕਾਰੀ ਦਿੱਤੀ ਹੈ ਕਿ 21 ਅਕਤੂਬਰ ਤੋਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਜਿਹੜਾ ਆਗਾਜ਼ ਕੀਤਾ ਜਾਊਗਾ 25 5 2023 ਨੂੰ ਐਲਾਨ ਕਰ ਚੁੱਕਿਆ ਹੈ ਜਿਹੜਾ ਕਿ ਜਿਹੜੇ ਆਪਣੇ ਡੀਸੀ ਸਰਵਾਨਾ ਉਹਨਾਂ ਨੂੰ ਜਿਹੜੀ ਹੈ ਉਹ ਪੱਤਰ ਵੀ ਜਾਰੀ ਕਰ ਚੁੱਕਿਆ ਅਸੀਂ ਕੱਲ ਵੀ ਚੋਣ ਦੇ ਹੱਕ ਵਿੱਚ ਸੀ ਅੱਜ ਵੀ ਆ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਵਾਂਗੇ ਸੋ ਭਗਵੰਤ ਮਾਨ ਜੀ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਵਿੱਚ ਉਹਨਾਂ ਕੋਲ ਕੁਝ ਅਧਿਕਾਰ ਜਿਹੜੇ ਖੋਲੇ ਗਏ ਨੇ ਜਿਹੜੇ ਕੀ ਐਲਾਨਵੰਤ ਦੇ ਤੌਰ ਤੇ ਜਾਣੇ ਜਾਂਦੇ ਆ ਕਿਉਂਕਿ ਹੁਣ ਅੱਜ ਕੱਲ ਪੰਜਾਬ ਦੇ ਅੰਦਰ ਕੋਈ ਵੀ ਐਲਾਨ ਜਿਹੜਾ ਕੀਤਾ ਜਾਂਦਾ ਉਹ ਐਲਾਨ ਜਿਹੜਾ ਵਾ ਉਹ ਕੇਜਰੀਵਾਲ ਸਾਹਿਬ ਹੀ ਕਰਦੇ ਨੇ ਆਖਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਜਾਣਕਾਰੀ ਦਿੱਤੀ ਹੈ ਕਿ 21 ਅਕਤੂਬਰ ਤੋਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਜਿਹੜਾ ਆਗਾਜ਼ ਕੀਤਾ ਜਾਊਗਾ ਸੋ ਸਾਨੂੰ ਸਮਝ ਨਹੀਂ ਲੱਗੀ ਇਸ ਗੱਲ ਦੀ ਕਿ ਇਹ ਚੋਣ ਕਮਿਸ਼ਨ ਜਿਹੜਾ ਬਣਾਇਆ ਗਿਆ ਗੁਰਦੁਆਰਾ ਚੋਣਾਂ ਦੇ ਵਾਸਤੇ ਉਹ ਜਿਹੜਾ ਕਿ ਸਾਡੇ ਕੋਲੇ 25 5 2023 ਨੂੰ ਐਲਾਨ ਕਰ ਚੁੱਕਿਆ ਹੈ ਜਿਹੜਾ ਕਿ ਗੁਰੇ ਆਪਣੇ ਡੀਸੀ ਸਾਹਿਬਾਨਾ ਉਹਨਾਂ ਨੂੰ ਜਿਹੜੀ ਆ ਉਹ ਪੱਤਰ ਵੀ ਜਾਰੀ ਕਰ ਚੁੱਕਿਆ ਤੇ ਜਿਹੜੇ ਚੋਣ ਵਾਸਤੇ एलिजिਬਲ ਨੇ ਉਹਨਾਂ ਦੇ ਬਾਰੇ ਜਾਣਕਾਰੀ ਵੀ ਦੇ ਚੁੱਕਿਆ ਤੋਂ ਅੱਜ ਭਗਵੰਤ ਮਾਨ ਜੀ ਦਾ ਇਹ ਐਲਾਨ ਕਰਨਾ ਜਿਹੜਾ ਕਿ ਸਾਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਦਾ ਮਸਲਾ ਪਰ ਸਾਡੀ ਇਸ ਗੱਲ ਨੂੰ ਕਿਸੇ ਵੀ ਤਰ੍ਹਾਂ ਇਹ ਗੱਲ ਨਾ ਜਾਣੀ ਜਾਵੇ ਕਿ ਅਸੀਂ ਚੋਣਾਂ ਦੇ ਹੱਕ ਵਿੱਚ ਨਹੀਂ ਅਸੀਂ ਕੱਲ ਵੀ ਚੋਣ ਦੇ ਹੱਕ ਵਿੱਚ ਸੀ ਅੱਜ ਵੀ ਹਾਂ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਵਾਂਗੇ ਹਾਂ ਇਹ ਗੱਲ ਠੀਕ ਆ ਕਿ ਜੋ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਜਾਣਕਾਰੀ ਦੇ ਮੁਤਾਬਕ ਉਹਨਾਂ ਦਾ ਮਿਆਰ ਦਿੱਤਾ ਗਿਆ ਉਸ ਦੇ ਵਿੱਚ ਜੇ ਕੋਈ ਸਰਕਾਰੀ ਪ੍ਰਭਾਵ ਬਣਾ ਕੇ ਦੁਰਵਰਤੋਂ ਕਰਕੇ ਕੋਈ ਉਹਨਾਂ ਲੋਕਾਂ ਦੀਆਂ ਵੋਟਾਂ ਬਣਾਏਗਾ ਉਸ ਗੱਲ ਦੇ ਅਸੀਂ ਖਿਲਾਫ ਜਾਵਾਂਗੇ ਸਾਡਾ ਹੱਕ ਬਣਦਾ ਸੋ ਭਗਵੰਤ ਮਾਨ ਜੀ ਮੈਨੂੰ ਲੱਗਦਾ ਕਿ ਪਿਛਲੇ ਦਿਨਾਂ ਵਿੱਚ ਉਹਨਾਂ ਕੋਲ ਕੁਝ ਅਧਿਕਾਰ ਜਿਹੜੇ ਖੋਲੇ ਗਏ ਨੇ ਜਿਹੜੇ ਕੀ ਐਲਾਨਵੰਤ ਦੇ ਤੌਰ ਤੇ ਜਾਣੇ ਜਾਂਦੇ ਆ ਕਿਉਂਕਿ ਹੁਣ ਅੱਜ ਕੱਲ ਪੰਜਾਬ ਦੇ ਅੰਦਰ ਕੋਈ ਵੀ ਐਲਾਨ ਜਿਹੜਾ ਕੀਤਾ ਜਾਂਦਾ ਉਹ ਐਲਾਨ ਜਿਹੜਾ ਵਾ ਉਹ ਕੇਜਰੀਵਾਲ ਸਾਹਿਬ ਹੀ ਕਰਦੇ ਨੇ ਆਖੇ ਸੋ ਉਹਨਾਂ ਨੇ ਕਿਹਾ ਕਿ ਮੇਰੇ ਆਪਣੇ ਖਾਤੇ ਵਿੱਚ ਵੀ ਕੋਈ ਜੁੜ ਜਵੇ ਕਿਉਂਕਿ ਇਸ ਕਿਹਨਾ ਸ਼ੌਣਿਕ ਕਮੇਟੀ ਦੀ ਵੋਟਾਂ ਦੇ ਐਲਾਨ ਨੂੰ ਸ਼ਾਇਦ ਕੇਜਰੀਵਾਲ ਨਹੀਂ ਕਰਦੇ ਹੋਣ ਨਹੀਂ ਕਰ ਸਕੇ ਹੋਣਗੇ ਤੋ ਇਸ ਕਰਕੇ ਇਹਨਾਂ ਨੇ ਆਪਣੇ ਖਾਤੇ ਵਿੱਚ ਪਵਾ ਲਿਆ ਪਰ ਇਹ ਆਪਣੇ ਜਿਹੜਾ ਪ੍ਰਬੰਧਕ ਸਿਸਟਮਾ ਉਹਨਾਂ ਦਾ ਉਹਨਾਂ ਨੂੰ ਇਹ ਸਮਝਾਉਣ ਤੇ ਦੱਸਣ ਕਿ ਉਹ ਉਹਨਾਂ ਨੂੰ ਇਹ ਜਿਹੜੀਆਂ ਗੱਲਾਂ ਕਰਕੇ ਬਿਆਨ ਜਾਰੀ ਕਰਵਾ ਰਹੇ ਨੇ ਉਹ ਉਹਨਾਂ ਦੇ ਅਧਿਕਾਰ ਖੇਤਰ ਦਾ ਮਸਲਾ ਨਹੀਂ ਹੈ ਕੰਮ ਭਾਵੇਂ ਸਰਕਾਰਾਂ ਨੇ ਕਰਾਉਣਾ ਪਰ ਇਹ ਗੱਲਾਂ ਜਿਹੜੀਆਂ ਅੱਜ ਲੋਕਾਂ ਨੂੰ ਸਾਰੀ ਤਰ੍ਹਾਂ ਸਮਝ ਪੈ ਚੁੱਕੀ ਹੈ ਦੇਸ਼ ਦੇ ਅੰਦਰ ਚੋਣਾਂ ਹੁੰਦੀਆਂ ਨੇ ਤੇ ਚੀਫ ਇਲੈਕਸ਼ਨ ਕਮਿਸ਼ਨ ਡੇਟਾ ਦਾ ਐਲਾਨ ਕਰਦਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੁੰਦੀਆਂ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਕਮਿਸ਼ਨ ਦਾ ਇੰਚਾਰਜ ਬਣਾਇਆ ਜਾਂਦਾ ਉਹ ਉਹਨਾਂ ਦਾ ਐਲਾਨ ਕਰਦਾ